ਆਪਾਂ ਇੱਥੇ ਵੀਡੀਓ ਕਰਦੇ ਆ ਬੰਦ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ। ਆਪਾਂ ਪਹੁੰਚ ਚੁੱਕੇ ਇੱਥੇ ਡੋਮਿਨਿਕ ਪੀਜ਼ਾ ਤੋਂ। ਇੱਥੇ ਆਪਾਂ ਉਹਨਾਂ ਨੂੰ ਕਹਿ ਚੁੱਕੇ ਹਾਂ ਕਿ ਇਹਨਾਂ ਦਾ ਜੋ ਬੈਸਟ ਵੈਜ ਪੀਜ਼ਾ ਆ ਉਹ ਆਪਾਂ ਔਡਰ ਕੀਤਾ ਆ, ਅਤੇ ਇਹ ਪੀਜ਼ਾ ਆਪਾਂ ਔਡਰ ਲੈ ਕੇ ਅਤੇ ਆਪਾਂ ਫਿਰ ਆਪਾਂ ਜਾਣਾ ਅਗਲੇ ਜਿੱਥੇ ਉਹ ਮਿਲ ਗਏ, ਠੀਕ ਹੈ। ਉਹਨੂੰ ਵੀ ਆਪਾਂ ਉੱਥੋਂ ਵੀ ਉਹਦਾ ਬੈਸਟ ਬੈਸਟ ਵਰਸਸ ਬੈਸਟ ਹੋਊਗਾ। ਲਓ ਜੀ, ਇੱਥੇ ਆਪਾਂ ਬਿਲ ਕੇ ਪਹੁੰਚ ਗਏ ਹਾਂ ਅਤੇ ਇਹ ਆ ਜੀ ਬਾਈ ਗਗਨ ਪੀਜ਼ਾ ਹੱਬ, ਛੋਟੀ ਜਿਹੀ ਦੁਕਾਨ ਹੈ ਇੱਕ। ਜਿਹੜਾ ਆਪਾਂ ਪੀਜ਼ਾ ਲਿਆ ਡੋਮਿਨਿਕ ਪੀਜ਼ਾ ਨੂਰਮਹਿਲ ਤੋਂ ਲਿਆ ਉਹ ਹੈਗਾ 478 ਤੇ ਹੈਗਾ 340 ਤੇ ਰੇਟ ਦਾ ਵੀ ਕਾਫੀ ਫਰਕ ਹੈ ਤੇ ਬਾਕੀ ਜਿਹੜਾ ਸਵਾਦ ਦਾ ਫਰਕ ਤੁਹਾਨੂੰ ਹੁਣ ਖਾ ਕੇ ਦੱਸਾਂਗੇ ਆਪਾਂ। ਬਿਲਕੁਲ, ਤੇ ਹੁਣ ਆਪਾਂ ਚਲੀਏ ਕਿਸੇ ਮੋਟਰ ਤੇ ਉਹਦੇ ਕਰਦੇ ਪੂਰਾ ਦਾ ਪੂਰਾ ਪੀਜ਼ਾ ਰਿਵਿਊ। ਲਓ ਜੀ ਜੀ, ਤੋਂ ਲੋ ਆਪਾਂ ਪਹੁੰਚ ਗਏ ਇੱਥੇ ਇੱਕ ਲੋਕੇਸ਼ਨ ਤੇ ਆਪਾਂ ਨੂੰ, ਤੇ ਇੱਥੇ ਆਪਾਂ ਦਵਾਂਗੇ ਰਿਵਿਊ। ਤੇ ਆਹ ਹੈਗਾ ਬਾਈ ਬਿਲਗੇ ਵਾਲੇ ਦਾ ਪੀਜ਼ਾ, ਮੁੰਡੇ ਦਾ ਨਾਮ ਗਗਨ, ਡੱਬਾ ਇਹਦਾ ਨੋਰਮਲ ਹੀ ਆ, ਸਿੰਪਲ ਜਿਹੜਾ ਮਿਲਦਾ ਆ। ਤੇ ਆਹ ਹੈਗਾ ਬਾਈ ਜੀ ਡੋਮਿਨਿਕ ਪੀਜ਼ਾ, ਇੱਕ ਬ੍ਰਾਂਡ ਆ। ਤੋ ਦੇਖਦੇ ਹਾਂ ਜੀ ਹੁਣ ਇਹਨਾਂ ਵਿੱਚੋਂ ਕਿਹੜਾ ਜ਼ਿਆਦਾ ਸਵਾਦ ਹੁੰਦਾ ਆ। ਅਤੇ ਸਾਡੇ ਜਿਹੜੇ ਪਹਿਲੇ ਜੱਜ ਸਾਹਿਬ ਬਹਿ ਗਏ ਆ, ਜੱਜ ਸਾਹਿਬ ਵੀ ਆ ਗਏ ਆ। ਅਤੇ ਹਾਂਜੀ ਦੋਸਤੋ, ਕੀ ਹਾਲ ਚਾਲ ਆ? ਤਾਂ ਸੋ ਉਮੀਦ ਕਰਦੇ ਬਹੁਤ ਵਧੀਆ ਹੋਵੋਗੇ। ਤੇ ਸੋ ਅੱਜ ਅਸੀਂ ਇੱਕ ਨਵੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਅੱਜ ਬੈਸਟ ਪੀਜ਼ਾ ਜਿਹੜਾ ਨੂਰਮਹਿਲ ਵਰਸਿਸ ਬਿਲਗੇ ਦਾ ਆ ਅਸੀਂ ਉਹ ਲੈ ਕੇ ਤੁਹਾਡੇ ਸਾਹਮਣੇ ਹੋਏ ਹਾਂ। ਅੱਛਾ, ਇਹ ਪੀਜ਼ਾ ਹੈਗਾ ਆ ਡੋਮਿਨਿਕ ਪੀਜ਼ਾ ਜਿਹੜਾ ਆ ਨੂਰਮਹਿਲ ਦਾ ਬੈਸਟ ਪੀਜ਼ਾ, ਅਤੇ ਇਹ ਇੱਕ ਨੋਰਮਲ ਜੀ ਸ਼ੋਪ ਦੇ ਤੋਂ ਆਇਆ ਹੋਇਆ ਪੀਜ਼ਾ ਆ। ਡਿਫਰੈਂਸ ਪੇਮੈਂਟ ਡਿਫਰੈਂਸ ਵੀ ਕਾਫੀ ਆ ਵਿੱਚ ਡਿਫਰੈਂਸ? ਹਾਂ, ਇਹ ਹੈਗਾ ਜੀ ਕੋਈ ਤਕਰੀਬਨ 340 ਰੁਪਏ ਦਾ ਪਿਆ ਜੀ, ਤੇ ਇਹ ਆਪਣਾ ਪਿਆ 478 ਰੁਪਏ ਦਾ, GST ਵਿਦ ਸਾਰਾ ਕੁਝ, ਸਾਰਾ ਪੱਕੇ ਬਿੱਲ ਚ। ਭਾਈ ਹੁਣ ਇਹਨੂੰ ਖੋਲੋ ਤੇ ਇੱਕ ਵਾਰੀ ਆਪਾਂ ਦਰਸ਼ਨ ਕਰਾਈਏ ਤੁਸੀਂ ਖੋਲੋ। ਤੇ ਆਇਆ ਜੀ ਜਿਹੜਾ ਬਿਲਗੇ ਤੋਂ ਪੀਜ਼ਾ ਆ, ਦੇਖੋ ਸ਼ਕਲਾਂ ਦੋਨਾਂ ਦੀ ਸੇਮ ਲੱਗਦੀਆਂ ਪਈਆਂ ਆ ਇਹ ਮੈਨੂੰ। ਹਾਂ ਓਬਵੀਅਸਲੀ ਦੇਖੋ, ਮੇਨ ਚੀਜ਼ ਆਪਣਾ ਕੰਮ ਆ, ਇੱਕ ਆਪਾਂ ਨਾ ਜਿਹੜਾ ਆਪਾਂ ਸੇਮ ਜਿਹਾ ਰਖਵਾਇਆ ਆ ਦੋਨਾਂ ਦਾ। ਇਹ ਵੀ ਸਭ ਤੋਂ ਮਹਿੰਗਾ ਪੀਜ਼ਾ ਆ, ਇਹ ਵੀ ਸਭ ਤੋਂ ਮਹਿੰਗਾ ਪੀਜ਼ਾ ਆ। ਬਿਲਕੁਲ ਠੀਕ ਹੈ ਜੀ, ਇਹਦੇ ਵਿੱਚ ਆਲ ਵੀ ਆਪਾਂ ਇੱਥੇ ਥੋੜੇ ਆਲ ਵੀ ਕੱਟ ਆਏ, ਚੌਲ ਵੀ ਜਾਂਦੇ ਨੇ ਤੇ ਨਾਲ ਇਹਦੀ ਮਸ਼ਹੂਰੀ ਪੈਪਸੀ ਦੀ। ਪੈਪਸੀ ਦੀ, ਹਾਂ, ਇਹ ਸਪੌਂਸਰ ਬਾਈ, ਯਸ ਸਪੌਂਸਰ ਬਾਈ ਪੈਪਸੀ। ਓਕੇ, ਅੱਛਾ, ਤੇ ਹੁਣ ਸਭ ਤੋਂ ਪਹਿਲਾਂ ਇਹਦੇ ਉੱਤੇ ਕੋਈ ਫਲੇਵਰ ਪਾਉਣਾ? ਜੇ ਆਪਾਂ ਫਲੇਵਰ ਪਾਤਾ ਤਾਂ ਪਤਾ ਲੱਗਣਾ, ਕੁਝ ਨਹੀਂ ਪਾਉਣਾ, ਇਹਦੀ ਟੈਸਟ ਚੈੱਕ ਤਾਂ ਜਾਊਗਾ। ਚਲੋ ਡਨ ਭਾਜੀ, ਪਹਿਲਾਂ ਤੁਸੀਂ ਇਹ ਟੈਸਟ ਕਰੋ। ਇੱਕ ਬਾਈਟ ਆਪਾਂ ਲੈ ਲਈਏ ਪੀਸ ਇਹਦਾ। ਹਾਂਜੀ, ਤੇ ਫੇਰ ਹੀ ਪਤਾ ਲੱਗੂਗਾ ਅਸਲ ਦੇ ਵਿੱਚ ਵੀ ਮੇਨ ਚੀਜ਼ ਸਭ ਤੋਂ ਬੈਸਟ ਪੀਜ਼ਾ ਇਹਨਾਂ ਦੇ ਵਿੱਚੋਂ ਹੈ ਕਿਹੜਾ ਹੈ। ਚਲੋ ਚੀਜ਼ ਭਾਜੀ, ਮੈਨੂੰ ਬੇਸ ਮੋਟਾ ਲੱਗ ਰਿਹਾ। ਇੱਕ ਗੱਲ ਤਾਂ ਦੱਸ ਦਈ, ਦੋਨਾਂ ਪੀਜ਼ਿਆਂ ਨੂੰ ਬਣਿਆ ਨੂੰ ਤਕਰੀਬਨ ਸੇਮ ਟਾਈਮ ਸੇਮ ਟਾਈਮ ਹੋ ਗਿਆ, ਕੋਈ 15-20 ਮਿੰਟ। ਹਾਂ, ਇਹ ਨਹੀਂ ਹੈਗਾ ਕਿ ਇਹ ਬਿਲਕੁਲ ਫਰੈਸ਼ ਆ। ਹਾਂ, ਕਿਉਂਕਿ ਦੋਨਾਂ ਬਾਈਆਂ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਕਿਉਂਕਿ ਦੇਖੋ ਪੀਜ਼ਾ ਜਿਹੜਾ ਹੁੰਦਾ ਤਾਜ਼ਾ ਤਾਜ਼ਾ ਹਰ ਕੋਈ ਖਾਂਦਾ ਆ, ਅਸਲ 'ਚ ਪਤਾ ਲੱਗਦਾ ਕੁਆਲਿਟੀ ਦਾ ਜਿਹੜਾ ਕਿ ਆਪਾਂ
ਇੱਕ ਘੰਟਾ ਡੇਢ ਘੰਟੇ ਬਾਅਦ ਖਾਂਦੇ ਹਾਂ ਜਿਹੜਾ ਪੀਜ਼ਾ, ਫਿਰ ਪਤਾ ਲੱਗਦਾ ਕਿ ਖਾਣ ਯੋਗ ਹੈ ਕਿ ਨਹੀਂ ਹੈ। ਸੋ ਮੈਨੂੰ ਥੋੜ੍ਹੀ ਲੱਗੀ ਬੇਸ ਥੋੜ੍ਹਾ ਮੋਟਾ ਲੱਗ ਰਿਹਾ ਮੈਨੂੰ। ਤੁਹਾਨੂੰ ਦੱਸ ਦਈਏ ਬਈ ਅਸੀਂ ਜਿਹੜਾ ਲੋਕੇਸ਼ਨ ਬੈਠੇ ਹਾਂ ਇੱਥੇ, ਦੇਖੋ ਕਿਆ ਬਾਤ ਹੈ, ਬੱਦਲ ਹੋਏ ਪਏ ਨੇ, ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਆ। ਅਸੀਂ ਸੋਚਿਆ ਵੀ ਇੱਕ ਨਵੇਂ ਵੱਖਰੇ ਸਟਾਈਲ ਦੇ ਨਾਲ ਅਸੀਂ ਜਿਹੜਾ ਹੈਗਾ ਪੀਜ਼ਾ ਰਿਵੀਲ ਕਰਨਾ। ਬਿਲਕੁਲ ਚੈੱਕ ਇਹ ਕਰ ਲਿਆ ਹੁਣ ਸਾਡੀ ਬਾਰੀ ਹੈਗੀ ਹੈ, ਅਤੇ ਇਹ ਖਾਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਅਸਲ ਵੀ। ਭਾਅ ਜੀ ਪਹਿਲਾਂ ਤੁਸੀਂ ਆਪਣੀ ਬਾਈਟ ਖਤਮ ਕਰੋ, ਇਸ ਵਾਰ ਆਪਾਂ ਪਹੁੰਚ ਚੈੱਕ ਕਰਾਂਗੇ ਅਤੇ ਫਿਰ ਆਪਾਂ ਦੇਵਾਂਗੇ ਕਿ ਇਹਨਾਂ ਦਾ ਕਿਹੜਾ ਬੈਸਟ ਆ। ਇਹਦੇ ਪੀਜ਼ਾ ਹਮੇਸ਼ਾ ਨਾ ਅਸੱਡਾ ਰਹਿ ਜਾਂਦਾ। ਹਾਂ ਹਾਂ ਇਹ ਚੀਜ਼ ਦੇਖੋ, ਇਹ ਚੀਜ਼ ਮੈਨੂੰ ਵੀ ਛੱਡਣੀ ਪਈ ਯਾਰ। ਅਸੀਂ ਨੂਰ ਮਹਿਲ ਦਾ ਡੋਮਿਨਿਕ ਪੀਜ਼ਾ, ਅਤੇ ਜਿਹੜਾ ਹਮੇਸ਼ਾ ਨੂਰ ਮਹਿਲ ਵਿੱਚ ਕਾਫੀ ਫੇਮਸ ਆ, ਨੂਰ ਮਹਿਲ 'ਚ ਕਾਫੀ ਨੋ ਡਾਊਟ ਸਵਾਦ ਸੀਗਾ, ਇਹ ਨਹੀਂ ਹੈਗਾ ਮਾੜਾ ਨਹੀਂ ਸੀਗਾ, ਠੀਕ ਸੀਗਾ, ਵਧੀਆ ਸੀਗਾ। ਪਰ ਇਹਦੇ ਮੁਕਾਬਲੇ ਕੀ ਆਹ ਮੁਕਾਬਲਾ ਕਰੂਗਾ ਕਿ ਨਹੀਂ ਕਰੂਗਾ? ਕਰੂਗਾ ਬਿਲਕੁਲ, ਇਹ ਹੁਣ ਆਪਾਂ ਦੇਖੂ, ਹੁਣ ਆਪਾਂ ਕਰਦੇ ਹਾਂ ਚੈੱਕ ਉਹ। ਲਓ ਜੀ ਭਾਈ ਹੁਣ ਇਹਦੀ ਸ਼ੁਰੂਆਤ ਤੁਸੀਂ ਕਰੋ। ਵਾਹ ਜੀ ਵਾਹ, ਧਰਮਸ਼ਾਲਾ ਬੈਠੇ ਆ ਸੇਫਲੀ, ਤੇ ਸਾਡੇ ਇਥੋਂ ਸਾਈਡ ਤੋਂ ਕੋਈ ਨਦੀ ਵਗ ਰਹੀ ਆ, ਉਹਦੇ ਛਿੱਟੇ ਉੱਡ ਉੱਡ ਪੈ ਰਹੇ ਸਾਡੇ ਕੋਲ। ਬਿਲਕੁਲ, ਅੱਛਾ ਇੱਕ ਚੀਜ਼ ਹੋਰ ਆ, ਜਿਹੜੇ ਹੈਗੇ ਨਾ ਟੋਪਿੰਗ ਸਾਰੇ ਸੇਮ ਲੱਗੀ ਆ, ਇਹ ਚ ਪਨੀਰ ਹੈ ਨਹੀਂ ਸੀ, ਇਹਦੇ ਵਿੱਚ ਪਨੀਰ ਹੈਗਾ ਨਾ? ਪਨੀਰ ਹੈ ਤੇ ਇਹਦੇ ਵਿੱਚ ਇੱਕ ਸਵੀਟ ਕੋਰਨ ਪਾਏ ਆ। ਹਾਂ ਸਵੀਟ ਕੋਰਨ ਪਾਏ ਆ। ਸੋ ਇਹ ਐਕਸਟਰਾ ਉਹਨੇ ਪਾਏ, ਆਪਾਂ ਕਿਹਾ ਨਹੀਂ ਸੀ ਕੁਝ ਵੀ, ਆਪਾਂ ਕਿਹਾ ਕਿਸੇ ਨੂੰ ਨਹੀਂ, ਆਪਾਂ ਬੈਸਟ ਪੀਜ਼ਾ ਕਿਹਾ। ਪਹਿਲਾਂ ਬਾਈ ਦਾ ਰਿਐਕਸ਼ਨ ਦੇਖ ਲਵਾਂ, ਬਾਈ ਦਾ ਰਿਐਕਸ਼ਨ ਕੀ ਹੈ ਇਹਦੇ ਵਿੱਚ? ਹਾਂਜੀ ਭਾਅ ਜੀ, ਪਹਿਲਾਂ ਮੈਨੂੰ ਖਾ ਲੈਂਦੇ, ਆਪਾਂ ਇਕੱਠੇ ਰਿਵਿਊ। ਤੁਸੀਂ ਪਹਿਲਾਂ ਖਾਓ ਭਾਅ ਜੀ, ਆਪਾਂ ਫਿਰ ਦੱਸੂਗਾ ਕੀ ਬਣਦਾ ਬਾਅਦ 'ਚ। ਰਿਵਿਊ ਦਿਓ ਭਾਅ ਜੀ। ਮੈਂ ਤੁਹਾਨੂੰ ਜੀ ਸੱਚ ਦੱਸਾਂਗਾ ਜੀ, ਕਿਉਂਕਿ ਪਹਿਲੀ ਗੱਲ ਤਾਂ ਕੋਈ ਪੇਡ ਪ੍ਰਮੋਸ਼ਨ ਨਹੀਂ ਹੈਗੀ, ਦੋਨਾਂ ਕੋਲ ਅਸੀਂ ਪੈਸੇ ਦੇ ਕੇ ਚੀਜ਼ਾਂ ਲੈ ਕੇ ਆਉਂਦੀਆਂ। ਮੈਨੂੰ ਜੋ ਪਰਸਨਲੀ ਪਸੰਦ ਆਇਆ ਮੈਨੂੰ ਆਇਆ ਬਿਲਗੇ ਵਾਲਾ। ਬਿਲਗੇ ਦਾ ਪੀਜ਼ਾ ਬੈਸਟ ਮੈਨੂੰ ਆਪ ਲੱਗਾ, ਕਿਉਂਕਿ ਫਲੇਵਰਫੁੱਲ ਬਹੁਤ ਆ, ਕਲੀਅਰ ਗੱਲ ਆ। ਕਿਉਂਕਿ ਤੁਸੀਂ ਜਦੋਂ ਵੀ ਕਹੋਗੇ ਬਾਈ ਨੂੰ ਕਹਿ ਦਿਓ ਵੀ ਜਿਹੜੇ ਬਾਈ ਹੁਣ ਉਧਰ ਰਿਵਿਊ ਕੀਤਾ ਸੀ ਉਹ ਪੀਜ਼ਾ ਤੁਹਾਨੂੰ ਬਣਾ ਕੇ ਨਹੀਂ, ਕਿਆ ਕਮਾਲ ਦਾ ਪੀਜ਼ਾ ਬਾਈ, ਬਾਰਿਸ਼ ਹੋ ਗਈ ਤੇਜ਼, ਬਾਰਿਸ਼ ਹੋ ਗਈ ਆ ਹੁਣ, ਓਏ ਹੋਏ ਹੋਏ, ਪਰ ਬਾਰਿਸ਼ ਵਿੱਚ ਹੀ ਆਪਾਂ ਖਤਮ ਕਰਾਂਗੇ, ਖਤਮ ਕਰਾਂਗੇ ਸੇਫ ਲਈ, ਕਿਉਂਕਿ ਬਹੁਤ ਟੇਸਟੀ ਆ ਪੀਜ਼ਾ ਇਹ, ਮੈਨੂੰ ਉਹ ਥੋੜ੍ਹਾ ਘੱਟ ਫਲੇਵਰਫੁੱਲ ਲੱਗਾ ਆ ਜ਼ਿਆਦਾ ਲੱਗਾ। ਇਹਦਾ ਭਾਅ ਜੀ ਜਿਹੜਾ ਬੇਸ ਆ ਨਾ ਉਹ ਵੀ ਪੂਰੇ ਦਾ ਪੂਰਾ ਖਾਧ, ਮਤਲਬ ਖਾਣ ਯੋਗ ਆ। ਕਿਆ ਬਾਤ, ਮੇਰੇ ਵੱਲੋਂ ਜੀ ਆਹ ਨੰਬਰ ਲੈ ਗਿਆ। ਇਹ ਵੀ ਸਵਾਦ ਹੈ, ਠੀਕ ਆ ਵਧੀਆ, ਪਰ ਮੈਨੂੰ ਜ਼ਿਆਦਾ ਸਵਾਦ ਆ ਲੱਗਾ ਬਿਲਗੇ ਵਾਲਾ ਪੀਜ਼ਾ। ਲਓ ਜੀ ਜਿਹੜਾ ਤਾਂ ਬਿਲਗੇ ਦਾ ਗਗਨ ਪੀਜ਼ਾ, ਇੱਕ ਭਰਾ ਨੇ ਛੋਟੀ ਜਿਹੀ ਦੁਕਾਨ ਸ਼ੁਰੂ ਕੀਤੀ ਆ, ਕੋਈ ਵੱਡੀ ਨਹੀਂ ਹੈਗੀ, ਕੋਈ ਵੱਡੀ ਫਰੈਂਚਾਈਜ਼ੀ ਨਹੀਂ ਹੈਗੀ, ਬਸ ਫਲੇਵਰ ਇੰਨਾ ਵਧੀਆ ਉਹ ਬੰਦੇ ਦਾ ਵੀ ਛੱਡ ਕੇ ਦਿਓ, ਅਤੇ ਮੈਨੂੰ ਉਹ ਥੋੜ੍ਹਾ ਜਿਹਾ ਉਹ ਇਹਦੇ ਮੁਕਾਬਲੇ ਆ ਜ਼ਿਆਦਾ ਵਧੀਆ ਲੱਗਾ। ਮੈਨੂੰ ਇਹਦੇ ਵਿੱਚ ਲੱਗਾ ਕਿ ਪ੍ਰੋਫੈਸ਼ਨਲ ਲੱਗਾ ਚੀਜ਼, ਇੱਥੇ ਲੱਗੀ ਰੀਝ ਮੁੰਡੇ ਦੀ, ਰੀਝ ਮੁੰਡੇ ਦੀ ਸੇਫ ਲਈ। ਬਾਈ ਜੇ ਤਾਂ ਤੁਸੀਂ ਪ੍ਰੋਫੈਸ਼ਨਲ ਖਾਣਾ ਤਾਂ ਡੋਮਿਨਿਕ ਜਾਓ, ਜੇ ਤੁਸੀਂ ਰੀਝ ਲੱਗੇ ਵਾਲਾ ਪੀਜ਼ਾ ਖਾਣਾ, ਜ਼ਬਰਦਸਤ ਪੀਜ਼ਾ ਖਾਣਾ, ਫਿਰ ਤੁਸੀਂ ਗਗਰ ਪੀਜ਼ਾ ਜਾਓ, ਨੰਬਰ ਦੋਨਾਂ ਤੋਂ ਦੇ ਦੇਣਾ ਸੀ, ਜਿੱਥੇ ਮਰਜ਼ੀ ਜਾ ਕੇ ਆਰਡਰ ਕਰੋ, ਪਰ ਸਾਨੂੰ ਬੈਸਟ ਪੀਜ਼ਾ ਜਿਹੜਾ ਸਾਡੇ ਲਈ ਲੱਗਾ, ਜਿਹੜਾ ਅੱਜ ਵਿਨਰ ਹੋਇਆ ਆ, ਉਹ ਅੱਜ ਵੇਦਾ ਵਿਨਰ ਹੋਇਆ ਆ,
ਗਗਨ ਪੀਜ਼ਾ ਉਹ ਵੀ ਬਿਲਗਾਂ ਤੋਂ ਤੇ ਲੋਕੇਸ਼ਨ ਥੱਲੇ ਵੀਡੀਓ ਦੇ ਹੋਊਗੀ ਦੋਨਾਂ ਦੀ ਜਿਹਦੇ ਤੁਸੀਂ ਮਰਜ਼ੀ ਜਾ ਕੇ ਪੀਜ਼ਾ ਚੈੱਕ ਕਰੋ ਜੇ ਤੁਹਾਨੂੰ ਆ ਪੀਜ਼ਾ ਨਾ ਪਸੰਦ ਆਵੇ ਜਾਂ ਆ ਵੀ ਪਸੰਦ ਆਵੇ ਇਹਦੀ ਮੈਂ ਘੱਟੇ ਦਿੰਦਾ ਪਰ ਇਹਦੀ ਮੈਂ ਗੰਦੀ ਦਿੰਦਾ ਬਾਕੀ ਤੁਸੀਂ ਦੇਖੋ ਮੀਂਹ ਐਕਸਲ 'ਚ ਆ ਚੁੱਕਾ ਬਾਈ ਪੀਜ਼ਾ ਤੱਕ ਲਓ ਇੱਥੇ ਵੀਡੀਓ ਕਰਦੇ ਆ ਬੰਦ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕੀਤੀ ਹਾਂਜੀ ਲੋ ਜੀ ਤੇ ਆਪਾਂ ਨੂੰ ਐਮਰਜੈਂਸੀ ਗੱਡੀ ਵਿੱਚ ਬਹਿਣਾ ਪੈ ਗਿਆ ਕਿਉਂਕਿ ਚਲੋ ਵੀਡੀਓ ਸਾਡੀ ਪੂਰੀ ਹੋ ਚੁੱਕੀ ਸੀ ਨੋ ਡਾਊਟ ਬਟ ਦੋ ਚਾਰ ਗੱਲਾਂ ਹਡੇ ਰਹਿ ਗਈਆਂ ਸੀਗੀਆਂ ਅਤੇ ਮੀਂਹ ਇੱਕਦਮ ਤੇਜ਼ ਹੋ ਗਿਆ ਅਤੇ ਸਾਨੂੰ ਤਾਂ ਪੈ ਗਈ ਇੱਥੇ ਭੱਜ ਲੋ ਪੈ ਗਈ ਸੀਗੀ ਕਿਉਂਕਿ ਸਾਡਾ ਸਮਾਨ ਸਾਰਾ ਬਾਹਰ ਸੀਗਾ ਅਤੇ ਭਾਈ ਸਾਹਿਬ ਮਗਰ ਕੈਮਰਾਮੈਨ ਤੁਹਾਨੂੰ ਇਹਨਾਂ ਦੀ ਪੂਰੀ ਸਪੋਰਟ ਸੀ ਅੱਜ ਦੀ ਵੀਡੀਓ ਦੇ ਵਿੱਚ ਅਤੇ ਬਾਕੀ ਇਹ ਹੈ ਕਿ ਚਲੋ ਫਾਈਨਲੀ ਭਾਅ ਜੀ ਤੁਹਾਨੂੰ ਹੁਣ ਦੱਸੋ ਕਿਹੜਾ ਪੀਜ਼ਾ ਵਧੀਆ ਲੱਗਾ ਸੀਗਾ ਭਾਜੀ ਮੈਨੂੰ ਪੀਜ਼ਾ ਲੱਗਾ ਗਗਨ ਪੀਜ਼ਾ ਬੈਸਟ ਬਿਲਕੁਲ ਮੈਨੂੰ ਵੀ ਗਗਨ ਦਾ ਪੀਜ਼ਾ ਵਧੀਆ ਲੱਗਾ ਹਾਂਜੀ ਵੀ ਯਾਰ ਫਲੇਵਰ ਉਹ ਯਾਰ ਮੇਰੇ ਨਾਲ ਇੱਕ ਲਾਸਟ ਬਾਈਟ ਰਹਿ ਗਈ ਉਹ ਦੇ ਦੇ ਪਲੀਜ਼ ਮੈਨੂੰ ਸੋ ਆਪਾਂ ਇੱਥੇ ਹੁਣ ਮੀਂਹ ਹੋ ਗਿਆ ਬਹੁਤ ਜ਼ਿਆਦਾ ਤੇਜ਼ ਤੁਹਾਨੂੰ ਇੱਕ ਦਿਖਾਈ ਦਿੰਦੇ ਹਾਂ ਬਾਹਰ ਕੁਛ ਨਜ਼ਰ ਤਾਂ ਨਹੀਂ ਆਉਂਦਾ ਪਿਆ ਅਤੇ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਚੈਨਲ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਅਤੇ ਆਪਾਂ ਤੁਹਾਡੇ ਲਈ ਹੁਣ ਨਵੀਆਂ ਨਵੀਆਂ ਵੀਡੀਓ ਹੋਰ ਲੈ ਕੇ ਆਵਾਂਗੇ ਤੁਹਾਨੂੰ ਚਲੋ ਚੰਗਾ ਜੀ ਬਾਏ।